ਵਿਦੇਸ਼ ਭੇਜਣ ਦੇ ਨਾਤੇ ਇੱਕ ਨੌਜਵਾਨ ਟਰੈਵਲ ਏਜੰਟ ਦੇ ਧੋਖੇ ਦਾ ਸ਼ਿਕਾਰ ਹੋਇਆ। ਦੱਸ ਦਈਏ ਕਿ 45 ਲੱਖ ਰੁਪਏ ਦੇ ਵਿੱਚ ਡੋਂਕੀ ਰਾਹੀਂ ਉਸ ਨੌਜਵਾਨ ਨੂੰ ਅਮਰੀਕਾ ਭੇਜਿਆ ਜਾਣਾ ਸੀ, ਪਰ ਕਿਹਾ ਜਾ ਰਿਹਾ ਕਿ ਨੌਜਵਾਨ ਪਨਾਮਾ ਦੇ ਜੰਗਲਾਂ ਦੇ ਵਿੱਚ ਲਾਪਤਾ ਹੋ ਗਿਆ ਹੈ। ਤਾਂ ਦੱਸ ਦਈਏ ਕਿ ਪਰਿਵਾਰਕ ਮੈਂਬਰਾਂ ਦਾ ਵੀ ਰੋ ਰੋ ਕੇ ਬੁਰਾ ਹਾਲ ਹੈ। ਪਰਿਵਾਰਕ ਮੈਂਬਰ ਦਾ ਕਹਿਣਾ ਹੈ ਕਿ ਏਜੰਟ ਨੂੰ 15 ਲੱਖ ਰੁਪਏ ਐਡਵਾਂਸ ਵੀ ਦਿੱਤੇ ਗਏ ਸੀ, ਜਿਸ ਤੋਂ ਬਾਅਦ ਕਿਹਾ ਜਾ ਰਿਹਾ ਸੀ ਕਿ ਉਸਦੇ ਬੇਟੇ ਨੂੰ ਜੋ ਡੋਂਕੀ ਰਾਹੀਂ ਅਮੈਰੀਕਾ ਭੇਜਿਆ ਜਾਵੇਗਾ। ਤਾਂ ਹਾਲਾਂਕਿ ਹੁਣ ਨੌਜਵਾਨ ਦੇ ਨਾਲ ਗੱਲਬਾਤ ਵੀ ਨਹੀਂ ਹੋ ਪਾ ਰਹੀ ਹੈ। ਆਖਰੀ ਵਾਰ ਦਸੰਬਰ ਦੇ ਵਿੱਚ ਗੱਲ ਹੋਈ ਸੀ ਅਤੇ ਹੁਣ ਨੌਜਵਾਨ ਦਾ ਕੁਝ ਵੀ ਪਤਾ ਨਹੀਂ ਚੱਲ ਰਿਹਾ। ਤਾਂ ਦੱਸ ਦਈਏ ਕਿ ਦੁਖੀ ਹੋਏ ਪਰਿਵਾਰਕ ਮੈਂਬਰਾਂ ਦੇ ਵੱਲੋਂ ਵੀ ਹੁਣ ਟਰੈਵਲ ਏਜੰਟ ਦੇ ਖਿਲਾਫ ਸ਼ਿਕਾਇਤ ਦਿੱਤੀ ਗਈ ਹੈ ਅਤੇ ਪੁਲਿਸ ਦੇ ਵੱਲੋਂ ਹੁਣ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਤਾਂ ਮਾਮਲਾ ਪਠਾਨਕੋਟ ਤੋਂ ਸਾਹਮਣੇ ਆਇਆ, ਜਿੱਥੇ ਕਿ ਇੱਕ ਨੌਜਵਾਨ ਅਮਰੀਕਾ ਜਾਣ ਦੀ ਚਾਹਤ ਦੇ ਵਿੱਚ 45 ਲੱਖ ਰੁਪਏ ਵੀ ਲਾਉਂਦਾ ਹੈ ਅਤੇ ਟਰੈਵਲ ਏਜੰਟ ਦੀ ਠੱਗੀ ਦਾ ਸ਼ਿਕਾਰ ਹੋ ਜਾਂਦਾ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਕਿ 15 ਲੱਖ ਰੁਪਏ ਐਡਵਾਂਸ ਦਿੱਤੇ ਗਏ ਸੀ, ਬੇਟੇ ਦੇ ਨਾਲ ਉਹਨਾਂ ਦੀ ਗੱਲਬਾਤ ਦਸੰਬਰ ਦੇ ਵਿੱਚ ਹੋਈ ਸੀ ਆਖਰੀ ਵਾਰ, ਅਤੇ ਉਸ ਤੋਂ ਬਾਅਦ ਉਸਦਾ ਕੁਝ ਵੀ ਪਤਾ ਨਹੀਂ ਲੱਗਿਆ। ਪਨਾਮਾ ਦੇ ਜੰਗਲਾਂ ਦੇ ਵਿੱਚ ਕਿਹਾ ਜਾ ਰਿਹਾ ਕਿ ਉਹ ਲਾਪਤਾ ਹੋਇਆ, ਉੱਥੋਂ ਹੀ ਡੋਂਕੀ ਰਾਹੀਂ ਉਸਨੇ ਅਮਰੀਕਾ ਜਾਣਾ ਸੀ। ਮੇਰਾ ਭਤੀਜਾ ਸੀਗਾ ਅਤੇ ਇਹ ਨਵੰਬਰ ਵਿੱਚ ਸਟਾਰਟ ਗੱਲ ਕੀਤੀ ਇਹਨਾਂ ਨੇ ਵੀ ਕਿਤੇ ਪਤਾ ਲੱਗਾ ਕਿ ਇਹ ਜਿਹੜਾ ਏਜੰਟ ਆ ਬੱਚੇ ਕਾਫੀ ਭੇਜਦਾ ਵਾ, ਅਤੇ ਬੱਚੇ ਸਾਡੇ ਦਾ ਇੰਟਰਸਟ ਸੀਗਾ ਕਿ ਮੈਂ ਵੀ ਅਮਰੀਕਾ ਜਾ ਕੇ ਕਿਤੇ ਇੱਥੇ ਨੌਕਰੀ ਦੀ ਉਹਨੇ ਬਹੁਤ ਟਰਾਈ ਕੀਤੀ। MBA ਪਾਸ ਸੀਗਾ, ਚੰਗਾ ਇੰਟੈਲੀਜੈਂਟ ਬੱਚਾ ਸੀਗਾ, ਉੱਦਾਂ ਵੀ ਵਧੀਆ ਸੀਗਾ, ਅਤੇ ਬੜੀ ਕੋਸ਼ਿਸ਼ ਉਹਨੇ ਦੇਖ ਕੇ ਇੱਧਰ ਉੱਧਰ ਬੱਚਿਆਂ ਵੱਲ, ਅਤੇ ਉਹ ਆਪ ਵੀ ਉਹਨੇ ਮਨ 'ਚ ਬਿਠਾ ਲਿਆ ਕਿ ਮੈਂ ਅਮੈਰੀਕਾ ਜਾਣਾ। ਅਤੇ ਭਾਅ ਜੀ ਕਾਨੂੰ ਕੋ ਸੀ, ਇਹਨਾਂ ਨੇ ਸਮਝਾਇਆ ਆਪਾਂ ਤਾਂ ਵੀ ਤੂੰ ਬੱਚੇ ਇੱਥੇ ਬਹੁਤ ਕੁਝ ਆ, ਆਪਾਂ ਮਿਹਨਤ ਕਰਾਂਗੇ ਅਤੇ ਜ਼ਿੰਦਗੀ ਜਿਉਣੀ ਆ, ਨਾ ਕਿ ਅਸੀਂ ਪੈਸੇ ਦੀ ਦੌੜ। ਪਰ ਉਹ ਬੱਚੇ ਦੇ ਮਨ 'ਚ ਵੀ ਆਇਆ ਵੀ ਨਹੀਂ, ਭਾਅ ਜੀ ਨਾ ਉਹ ਏਜੰਟ ਦਾ ਪਤਾ ਜਿਹੜਾ ਭੇਜਦਾ ਸੀਗਾ ਉਹਦੇ ਨਾਲ ਗੱਲ ਹੋਈ, ਅਤੇ ਬਸ ਇਹਨਾਂ ਨੇ ਉਹ ਪ੍ਰੋਸੀਜਰ ਸਟਾਰਟ ਕਰਵਾ ਤਾ, ਅਤੇ ਅੱਜ ਤੱਕ ਉਹ ਆਈ ਝਾਂਸੇ ਦੇ ਫਸੇ। ਇਹ 45.5 ਲੱਖ ਦੀ ਗੱਲ ਦੱਸਦੇ ਸੀ ਹੋਈ ਸੀਗੀ, ਅਤੇ ਇਹਨਾਂ ਨੇ 15 ਲੱਖ ਜਿੱਦਣ ਉਹ ਕਾਰਵਾਈ ਉਹ ਵਿਜੇ ਵੁਜੇ ਆਏ ਉਹਦੇ 15 ਲੱਖ ਐਡਵਾਂਸ ਵੀ ਭਾਅ ਜੀ ਕੋਲ ਆਏ, ਤੀਤੇ ਰਹਿੰਦੇ ਸੀ ਪਠਾਨਕੋਟ ਤੋਂ ਲਿਆ ਉਹਨਾਂ ਕੋਲ, ਅਤੇ ਕਹਿੰਦੇ ਜੀ ਬੱਚਾ ਟਾਈਮ 15 ਦਿਨਾਂ 'ਚ ਪਹੁੰਚੇਗਾ, ਜੋ ਕਿ ਤੁਸੀਂ ਦੇਖੋਗੇ ਨਵੰਬਰ ਤੋਂ ਸਟਾਰਟ ਹੋ ਗਏ, ਹੁਣ ਜਨਵਰੀ ਆ ਅਤੇ ਅੱਜ ਤੱਕ ਨਹੀਂ ਸਾਨੂੰ ਬੱਚਾ ਅੱਡਾ ਮਿਲਿਆ, ਅਤੇ ਜਿਹੜਾ ਲਾਸਟ ਲੋਕੇਸ਼ਨ ਉਹਨਾਂ ਦੀ ਟਰੇਸ ਹੋਈ ਆ ਕੋਲੰਬੀਆ ਦੀ, ਜੋ ਕਿ ਆ ਭਾਅ ਜੀ ਦੱਸਦੇ ਕਿ ਬਿਲਕੁਲ ਵੀ ਇਹ ਗੱਲ ਨਹੀਂ ਸੀ ਕੀਤੀ ਹੋਈ ਵੀ ਉਹ ਕੋਲੰਬੀ ਜਾਂ ਪਨਾਮਾ ਦੇ ਜੰਗਲਾਂ ਥਾਣੀ ਜਾਵੇ, ਅਤੇ ਇਹ ਧੋਖਾ ਸਾਡੇ ਨਾਲ ਕੀਤਾ ਉਹਨੇ ਬਹੁਤ ਵੱਡਾ। ਸੁਣ ਚ ਦੇਖੋ ਜੀ, ਹਾਂ ਇਹੀ ਸੁਣ ਚ ਆਇਆ ਜੋ ਵੀ ਬੱਚਿਆਂ ਦੇ ਵੀ ਉੱਧਰ ਨੂੰ ਤੋਰ ਦਿੱਤੇ, ਅਤੇ ਅਸੀਂ ਤਾਂ ਕਦੇ ਵੀ ਨਹੀਂ ਮੰਨਦੇ ਹਾਂ, ਨਾ ਹੀ ਸਾਡੀ ਜੀ ਇੰਨੀ ਹਿੰਮਤ ਹੀ ਬੱਚੇ ਨੂੰ ਉੱਧਰ ਨੂੰ ਤੋਰਨ ਦੀ। ਤੁਹਾਡੀ ਬੱਚਿਆਂ ਦਾ ਲਾਸਟ ਗੱਲ ਜਦੋਂ ਹੋਈ ਸੀਗੀ ਤਾਂ ਉਹਨੇ ਅੱਗੋਂ ਕੀ ਜਵਾਬ ਦਿੱਤਾ ਸੀਗਾ, ਜਾਂ ਉਹ ਸਹੀ ਜਾ ਰਿਹਾ ਸੀਗਾ, ਜਾਂ ਉੱਥੇ ਕਿਸੇ ਤਰ੍ਹਾਂ ਦੀ ਕੋਈ ਮਿਸਹੈਪਨਿੰਗ ਉਹਦੇ ਨਾਲ ਹੋਈ ਹੈ? ਦੇਖੋ ਜੀ, ਜਦੋਂ ਸਾਨੂੰ ਪਤਾ ਲੱਗਾ ਕਿ ਕੋਲੰਬੀਆ ਅੱਗੇ ਪਨਾਮਾ ਦੇ ਜੰਗਲ ਆ, ਅਸੀਂ ਏਜੰਟ ਨਾਲ ਭਾਅ ਜੀ ਨੇ ਗੱਲ ਕੀਤੀ ਹੈ, ਬੜੇ ਜ਼ੋਰ ਦੇ ਕੇ ਗੱਲ ਕੀਤੀ, ਸਾਡੇ ਬੱਚਾ ਸੀਗਾ ਸਾਡਾ, ਇੱਕ ਅਮੈਰੀਕਾ 'ਚ ਵੀ ਸੀ ਪਹਿਲੇ ਸਾਡਾ ਭਾਣਜਾ ਸੀਗਾ, ਉਹਨੇ ਜ਼ੋਰ ਦੇ ਕੇ ਕਿਹਾ ਵੀ ਮਾਮਾ ਜੀ ਬਿਲਕੁਲ ਨਹੀਂ ਭੇਜਣਾ, ਇਹਨੂੰ ਇੱਥੇ ਹੀ ਰੋਕ ਦਿਓ। ਅਤੇ ਅਸੀਂ ਉਸ ਵੇਲੇ ਹੀ ਏਜੰਟ ਨਾਲ ਗੱਲ ਕੀਤੀ ਭਾਅ ਜੀ ਨੇ ਵੀ ਸਾਡਾ ਬੱਚਾ ਤੂੰ ਪਨਾਮਾ ਦੇ ਜੰਗਲਾਂ ਥਾਣੀ ਨਹੀਂ ਭੇਜਣਾ, ਸਾਡਾ ਬੱਚਾ ਤੂੰ ਵਾਪਸ ਭੇਜ ਦੇ। ਪਰ ਕਹਿੰਦਾ ਜੀ ਤੁਸੀਂ ਮੇਰੇ 'ਤੇ ਵਿਸ਼ਵਾਸ ਕਰੋ, ਮੈਂ ਦੋ ਮਤਲਬ ਕੀ ਕਹਿੰਦੇ ਆ 2 ਘੰਟੇ ਤੁਰਨ ਦੀ ਵਾਲੀ ਗੱਲ ਵਾ, ਅਤੇ ਫਿਰ ਵੀ ਭਾਅ ਜੀ ਤਾਂ ਨਹੀਂ ਮੰਨਦੇ ਇਹ ਗੱਲ ਤੂੰ ਵੀ ਨਹੀਂ ਤੂੰ ਭੇਜ ਦੇ ਯਾਰ, ਕੋਈ ਪਤਾ ਨਹੀਂ ਹੁੰਦਾ ਇਹ ਗੱਲ ਦਾ।
ਪੀ ਕਹਿਣ ਦੇ ਬਾਵਜੂਦ ਉਹਨੇ ਭੇਜਦਾ ਤੁਹਾਡੇ ਨਾਲ ਵੱਡਾ ਧੋਖਾ ਕੀਤਾ, ਜਿਹੜਾ ਕਿ ਅਸੀਂ ਸ਼ਾਇਦ ਸਾਰੀ ਆਈ ਦੇ ਕਹਿੰਦੇ ਹਾਂ ਪਰਮਾਤਮਾ ਅੱਗੇ ਅਰਦਾਸਾਂ ਕਰ ਕਰਕੇ ਥੱਕ ਗਏ ਵੀ ਸਾਡਾ ਬੱਚਾ ਸਾਨੂੰ ਮਿਲ ਜੇ। ਤੁਹਾਡੀ ਬੱਚੇ ਦੇ ਨਾਲ ਗੱਲ ਹੋਈ ਸੀਗੀ ਜੰਡ ਤੋਂ ਬਾਅਦ ਜਦੋਂ ਗਾਂ ਭੇਜਣ ਵਾਸਤੇ ਗਿਆ ਜਾਂ ਪਹਿਲੇ ਹੋਈ? ਉਸ ਤੋਂ ਬਾਅਦ ਨਹੀਂ, ਬੱਚਿਆਂ ਨੂੰ ਉਹਨਾਂ ਨੇ ਕੀ ਗੱਲ ਹੋਈ ਸੀਗੀ ਬੇਟੇ ਨੂੰ? ਬਸ ਮੈਂ ਠੀਕ, ਪਹਿਲੇ ਤਾਂ ਇਹੀ ਸੀਗਾ ਵੀ ਠੀਕ ਚੱਲਣ ਡਿਆ, ਬਾਅਦ 'ਚ ਜਦੋਂ ਇੱਧਰ ਨੂੰ ਕਹਿੰਦੇ ਪਾਪਾ ਇੱਧਰ ਨੂੰ ਆਹ ਡਾਇਰੈਕਸ਼ਨ ਨੂੰ ਪਾਉਣ ਡੇ ਪਏ ਆ, ਅਤੇ ਅਸੀਂ ਏਜੰਟ ਨਾਲ, ਪਰ ਉਹ ਤੋਂ ਬਾਅਦ 'ਚ ਗੱਲ ਨਹੀਂ ਹੋਈ। 19 ਤਰੀਕ ਦੀ ਗੱਲ ਆ, ਬਾਅਦ 'ਚ ਨਹੀਂ ਹੋਈ। 19 ਤਰੀਕ ਤੋਂ ਬਾਅਦ ਉਹਦਾ ਨੈੱਟ ਬੰਦ ਆਉਣ ਡਿਆ ਪਿਆ। ਅਸੀਂ ਸਗੋਂ ਅਸੀਂ ਇਹ ਸੋਚਿਆ ਕਿ ਪੈਸੇ ਬੰਦ ਨਾ ਕਿਤੇ ਹੋ ਗਏ, ਅਸੀਂ ਤਾਂ ਪੈਸੇ ਵੀ ਪਾਇਓ ਫੋਨ 'ਚ ਵੀ ਕਿਤੇ ਬੰਦ ਨਾ ਹੋਵੇ, ਪਰ ਉਸ ਤੋਂ ਬਾਅਦ ਲਾਪਤਾ। ਜਦੋਂ ਏਜੰਟ ਨਾਲ ਫਿਰ ਗੱਲ ਕਰਦੇ ਹਾਂ ਅਤੇ ਉਹ ਜਗਮੀਤ ਬਾਰੇ ਲਾਪਤਾ ਦੀ ਕੋਈ ਸਾਡਾ ਤਾਂ ਪਹਿਲੇ ਉਹ ਭਾਅ ਜੀ ਹੋਣਾ ਦਾ ਹੀ ਨੰਬਰ ਸੀਗਾ, ਭਾਅ ਜੀ ਹੋਣੀ ਜ਼ਿਆਦਾ ਗੱਲ ਕਰਦੇ ਸੀਗੇ, ਅਤੇ ਉਹ ਇਹ ਵੀ ਲਾਪਤਾ ਮੈਂ ਲੱਭਣ ਡਿਆਂ ਲੱਭਾਉਣ ਡਿਆਂ, ਅਤੇ ਅੱਜ ਤੱਕ ਕੋਈ ਪਤਾ ਨਹੀਂ। ਅਸੀਂ ਰਾਤ ਦਿਨ ਸਾਡੇ ਜਿਹੜੇ ਬਾਕੀ ਜੀ ਆ ਰਲਾਉਂਦਿਆਂ ਕਰਲਾਉਂਦਿਆਂ ਨਿਕਲ ਡਿਆ, ਅਤੇ ਸਾਡਾ ਤਾਂ ਸਾਰਿਆਂ ਨੂੰ ਇਹੀ ਆ ਵੀ ਇਹ ਪੁੱਠੇ ਜਿੱਦਾਂ ਦੇ ਝਾਂਸਿਆਂ 'ਚ ਫਸਣ ਤੋਂ ਬਚਣ ਦੀ ਲੋੜ ਆ। ਇੱਕ ਬੱਚਾ ਨਾ ਗਿਆ ਅਤੇ ਸਾਰੀ ਜ਼ਿੰਦਗੀ ਪੰਜਾਬ ਦੀ ਬਾਜੇ, ਇਹ ਸਾਨੂੰ ਬਚਣਾ ਚਾਹੀਦਾ ਅਤੇ ਆਪਣੀ ਮਿਹਨਤ ਮੁਸ਼ਕਤ ਇੱਥੇ ਕਰਕੇ ਹੀ ਕਰ ਲੈਣਾ ਚੰਗਾ। ਏਜੰਟ ਦੇ ਖਿਲਾਫ ਤੁਸੀਂ ਕੋਈ ਕਾਰਵਾਈ ਵੀ ਸ਼ਿਕਾਇਤ ਵੀ ਦਿੱਤੀ ਹੋਈ ਹੈ ਪੁਲਿਸ ਨੂੰ? ਹਾਂ, ਕੱਲ੍ਹ ਮਤਲਬ ਗੱਲ ਹੋਈ ਸੀਗੀ ਇਹ ਸਾਰੀ, ਜੋ ਅਸੀਂ ਦੁਖੀ ਹਿਰਦੇ ਨਾਲ ਫਿਰ ਗਏ ਸਰ ਕੋਲ ਅਤੇ ਉਹਨਾਂ ਨੇ ਇਹ ਸਾਰੀ ਕੰਪਲੇਂਟ ਦਰਜ ਕੀਤੀ ਆ ਜੀ। ਸਾਡੇ ਕੋਲ ਇੱਕ ਇਨਫੋਰਮੇਸ਼ਨ ਆਈ ਸੀ ਕੰਪਲੇਂਟ ਦੇ ਰਾਹੀਂ ਕਿ ਵੀ ਇੱਕ ਲੜਕਾ ਜਿਹੜਾ ਜਗਮੀਤ ਸਿੰਘ ਹੈ ਉਹਨੂੰ ਇੱਕ ਏਜੰਟ ਨੇ ਬਾਹਰ ਭੇਜਿਆ ਸੀ ਜੋ ਕਿ ਪਨਾਮਾ ਤੋਂ ਲਾਪਤਾ ਹੋ ਗਿਆ, ਉਹਦੇ ਬਾਅਦ ਉਹਦਾ ਕੋਈ ਟਰੇਸ ਨਹੀਂ ਮਿਲ ਰਿਹਾ। ਫਿਰ ਇਹਦੇ 'ਚ ਜਿਹੜਾ ਕੰਪਲੇਨੈਂਟ ਸੀ ਜਦੋਂ ਉਹਨੇ ਸਾਨੂੰ ਇਨਫੋਰਮੇਸ਼ਨ ਦਿੱਤੀ ਉੱਤੇ ਆਪਾਂ ਜਦੋਂ ਉਹਨੂੰ ਵੇਰੀਫਾਈ ਕੀਤਾ ਤਾਂ ਪਤਾ ਲੱਗਿਆ ਕਿ ਵੀ ਜਿਹੜਾ ਏਜੰਟ ਸੀ ਉਹਦਾ ਨਾਮ ਹੈ ਪਰਮਿੰਦਰ ਸਿੰਘ, ਉਹ ਰਹਿਣ ਵਾਲਾ ਕਾਨਵਾਨ ਗੁਰਦਾਸਪੁਰ ਦਾ, ਨਾਲ ਉਹਦੀ ਪਤਨੀ ਬਲਵਿੰਦਰ ਕੌਰ, ਇਹ ਦੋਨੋਂ ਉੱਥੋਂ ਦੇ ਰਹਿਣ ਵਾਲੇ ਆ। ਅਤੇ ਇਹ ਜਿਹੜਾ ਲੜਕਾ ਹੈ ਜਗਮੀਤ ਸਿੰਘ ਜਿਹਨੂੰ ਕਿ ਬਾਹਰ ਭੇਜਿਆ ਗਿਆ ਸੀ ਕਿ ਵੀ ਇਹਦੇ ਜਿਹੜੇ ਆਪਣੇ ਫਾਦਰ ਸਾਹਿਬ ਹੈ ਉਹਨਾਂ ਨੇ ਜਿਹੜਾ ਏਜੰਟ ਨਾਲ ਜਿਹੜਾ ਜੋ ਗੱਲ ਹੋਈ ਸੀ ਉਹਦੇ ਵਿੱਚ ਤਕਰੀਬਨ 15 ਕੁ ਲੱਖ ਰੁਪਇਆ ਕੈਸ਼ ਇਹਨੂੰ ਦੇ ਦਿੱਤਾ ਸੀ ਅਤੇ ਤਕਰੀਬਨ 50 ਕੁ ਲੱਖ ਰੁਪਏ 'ਚ ਇਹਨਾਂ ਦੀ ਗੱਲ ਹੋਈ ਸੀ ਕਿ ਵੀ ਇਹਨੂੰ ਅਮੈਰੀਕਾ ਆਪਾਂ ਭਿਜਵਾਉਣਾ ਡੋਂਗੀ ਲਗਾ ਕੇ। ਅਤੇ ਇਹ ਜਦਕਿ ਪੂਰਾ ਹੀ ਫਰੋਡ ਕੰਮ ਸੀ ਕਿਉਂਕਿ ਇਹ ਲੀਗਲ ਵੇ ਨਹੀਂ ਹੈ ਜਾਣ ਦਾ। ਅਤੇ ਇਹਦੇ ਦੌਰਾਨ ਜਿਹੜਾ ਇਹ ਲੜਕਾ ਇਹ ਜਿਹੜਾ ਉਹ ਮਿਸ ਹੋ ਗਿਆ, ਹੁਣ ਇਹ ਬੰਦੇ ਇਹ ਲੜਕੇ ਦਾ ਟਰੇਸ ਵੀ ਨਹੀਂ ਮਿਲ ਰਿਹਾ ਕਿ ਲੜਕਾ ਕਿੱਥੇ ਹੈ। ਇਹ 19/12/2023 ਨੂੰ ਇਹਦੀ ਲਾਸਟ ਗੱਲ ਹੋਈ ਸੀ ਆਪਣੇ ਪੇਰੈਂਟਸ ਨਾਲ, ਉਹਦੇ ਬਾਅਦ ਇਹ ਜਿਹੜਾ ਲੜਕਾ ਹੈ ਮਿਸਿੰਗ ਹੈ। ਅਤੇ ਜਿਹੜਾ 15 ਲੱਖ ਰੁਪਏ ਏਜੰਟ ਨੇ ਲਏ ਇਲੀਗਲੀ ਬਾਹਰ ਭੇਜਣ ਲਈ, ਅਤੇ ਉਹਦੇ ਬਾਅਦ ਲੜਕਾ ਵੀ ਮਿਸਿੰਗ ਹੈ। ਇਹਦੇ ਬਾਅਦ ਆਪਾਂ ਇਮੀਡੀਏਟਲੀ ਐਕਟ ਕਰਦੇ ਹੋਏ ਇਹ ਜਿਹੜਾ ਏਜੰਟ ਹੈ ਬਲਵਿੰਦਰ ਏਜੰਟ ਹੈ ਪਰਮਿੰਦਰ ਸਿੰਘ ਅਤੇ ਉਹਦੀ ਪਤਨੀ ਬਲਵਿੰਦਰ ਕੌਰ ਦੋਨਾਂ ਦੇ ਖਿਲਾਫ ਜਿਹੜਾ ਡਿਵੀਜ਼ਨ ਨੰਬਰ 2 ਥਾਣੇ 'ਚ ਮੁਕੱਦਮਾ ਅੰਡਰ ਸੈਕਸ਼ਨ 346-420 ਅਤੇ ਇਮੀਗ੍ਰੇਸ਼ਨ ਐਕਟ ਦਾ 24 ਸੈਕਸ਼ਨ ਦੇ ਤਹਿਤ ਜਿਹੜੀ ਆਪਾਂ ਜਿਹੜੀ ਆ ਉਹ FIR ਰਜਿਸਟਰਡ ਕੀਤੀ ਹੈ। ਅਤੇ ਇਹਨਾਂ ਦੇ ਜਿਹੜੀ ਲੋਕੇਸ਼ਨ ਉੱਥੇ ਰੇਡ ਵੀ ਕਰ ਰਹੇ ਹਾਂ। ਅਤੇ ਮੈਂ ਇੱਥੇ ਦੱਸਣਾ ਚਾਹੁੰਦਾ ਹਾਂ ਕਿ ਵੀ ਇਹ ਬੜਾ ਟਿਪੀਕਲ ਕੇਸ ਆਪਣੇ ਆਪ 'ਚ ਕਿ ਵੀ ਇੱਕ ਲੜਕਾ ਇੱਥੋਂ ਜਿਹੜਾ ਉਹ ਗਿਆ ਅਤੇ ਅੱਗੇ ਜਾ ਕੇ ਮਿਸਿੰਗ ਹੋ ਗਿਆ ਪਨਾਮਾ ਦੇ ਏਰੀਆ 'ਚ। ਅਤੇ ਇਹ ਬੜੀ ਹੀ ਸੈਂਸਿਟਿਵ ਗੱਲ ਵੀ ਹੈ ਕਿਉਂਕਿ ਜਿਨ੍ਹਾਂ ਦਾ ਬੱਚਾ ਮਿਸ ਹੋਇਆ ਉਹ ਵੀ ਕਾਫੀ ਇਸ ਚੀਜ਼ ਨੂੰ ਫੀਲ ਕਰਦੇ ਆ ਕਿ ਵੀ ਸਾਡੇ ਬੱਚੇ ਨਾਲ ਸਾਡੀ ਗੱਲ ਨਹੀਂ ਹੋ ਪਾ ਰਹੀ, ਉਹ ਠੀਕ ਹੈ ਕਿਸ ਤਰ੍ਹਾਂ। ਅਤੇ ਪੁਲਿਸ ਨੇ ਤਾਂ ਹੀ ਇਮੀਡੀਏਟਲੀ ਐਕਟ ਕਰਦੇ ਹੋਏ ਮੌਕੇ 'ਤੇ ਹੀ ਜਦੋਂ ਆਪਣੇ ਕੋਲ ਕੰਪਲੇਂਟ ਆਈ ਇਮੀਡੀਏਟ ਇਨਕੁਆਇਰੀ ਕਰਦੇ ਹੋਏ ਆਪਾਂ ਇੱਥੇ FIR ਲੌਜ ਕਰਤੀ ਹੈ ਅਤੇ ਤਾਂ ਕਿ ਐਟਲੀਸਟ ਜਿਹੜਾ ਜਿਸਨੇ ਇਹ ਗਲਤ ਕੰਮ ਕੀਤਾ ਉਹਨੂੰ ਉਸਦੀ ਇਹ ਸਜ਼ਾ ਮਿਲੇ
ਉਹਨੂੰ ਆਪਾਂ ਅਰੈਸਟ ਕਰਨ ਲਈ ਟੀਮਾਂ ਵੀ ਸਪੈਸ਼ਲ ਜਿਹੜੀਆਂ ਕੰਡਕਟ ਕੀ ਆਪਣੀਆਂ ਕੰਸਟੀਟਿਊਟ ਕੀਤੀਆਂ ਜਿਹੜੀਆਂ ਇਹਨਾਂ ਨੂੰ ਅਰੈਸਟ ਕਰਨ ਲਈ ਆਪਾਂ ਭੇਜੀਆਂ ਅਤੇ ਆਪਾਂ ਜਲਦੀ ਇਹਨਾਂ ਨੂੰ ਅਰੈਸਟ ਵੀ ਕਰ ਲਾਂਗੇ। ਬਾਕੀ ਜਿਹੜੀ ਹੋਰ ਵੀ ਇਹਨਾਂ ਦੇ ਮੁਤਲਕ ਇਮੀਗ੍ਰੇਸ਼ਨ 'ਚ ਜਿਹੜੀ ਸਾਨੂੰ ਕਾਰਵਾਈ ਕਰਨੀ ਪੈਂਦੀ ਏਅਰਪੋਰਟ 'ਚ ਉਹ ਵੀ ਆਪਾਂ ਕਰ ਰਹੇ ਹਾਂ ਤਾਂ ਕਿ ਇਹ ਕਿਤੇ ਸੱਜੇ ਖੱਬੇ ਭੱਜ ਨਾ ਜਾਣ। ਅਤੇ ਨਾਲ ਹੀ ਮੈਂ ਇੱਕ ਮੈਸੇਜ ਦੇਣਾ ਚਾਹੁੰਦਾ ਹਾਂ ਕਿ ਜਿਹੜੇ ਵੀ ਆਪਣੇ ਇਮੀਗ੍ਰੇਸ਼ਨ ਦਾ ਵੀ ਇੱਥੇ ਕੰਮ ਕਰਦੇ ਆ, ਵੀਜ਼ੇ ਵਗੈਰਾ ਲਗਾਉਂਦੇ ਆ, ਅਤੇ ਨਾਲ ਹੀ ਜਿਹੜੇ ਆਪਣੇ ਬੱਚਿਆਂ ਨੂੰ ਬਾਹਰ ਭੇਜਣ ਦੇ ਇੱਛੁੱਕ ਹੈ, ਕਿ ਦੋਨੋਂ ਹੀ ਮਤਲਬ ਇਲੀਗਲ ਕੰਮ ਨਾ ਕਰਨ। ਕਿਉਂਕਿ ਜਿਹੜੇ ਇਮੀਗ੍ਰੇਸ਼ਨ ਦੇ ਇਹਦੇ 'ਚ ਵੀਜ਼ਾਜ਼ ਵਗੈਰਾ ਲਗਾਉਂਦੇ ਆ ਅਤੇ ਆਪਣੇ ਸੈਂਟਰ ਇੱਥੇ ਖੋਲ੍ਹੇ ਹੋਏ ਇਹਨਾਂ ਨੇ ਵੀਜ਼ੇ ਦੇ, ਉਹ ਇਸ ਤਰੀਕੇ ਦੇ ਕੰਮਾਂ 'ਚ ਬਿਲਕੁਲ ਇਨਵੋਲਵ ਨਾ ਹੋਣ। ਕਿਸੇ ਨੂੰ ਵੀ ਭੇਜਣਾ ਲੀਗਲੀ ਭੇਜਣ, ਇਲੀਗਲੀ ਨਾ ਭੇਜਣ, ਤਾਂ ਕਿ ਇਸ ਤਰ੍ਹਾਂ ਦਾ ਜਿਹੜਾ ਵਕੂਆ ਨਾ ਵਾਪਰੇ ਜਿਹਦੇ 'ਚ ਇਹ ਲੜਕਾ ਮਿਸਿੰਗ ਹੋ ਗਿਆ। ਅਤੇ ਆਪਾਂ ਬਹੁਤ ਸਖ਼ਤ ਐਕਸ਼ਨ ਕਰਾਂਗੇ ਅਗਰ ਸਾਨੂੰ ਅੱਗੇ ਵੀ ਕੋਈ ਇੱਦਾਂ ਦੀ ਇਨਫੋਰਮੇਸ਼ਨ ਮਿਲਦੀ ਹੈ ਕਿ ਵੀ ਕਿਸੇ ਨੇ ਆਪਣਾ ਇਹ ਇਮੀਗ੍ਰੇਸ਼ਨ ਦੇ ਆਫਿਸ ਖੋਲ੍ਹ ਕੇ ਅਤੇ ਆਪਣਾ ਇਸ ਤਰੀਕੇ ਨਾਲ ਕਿਸੇ ਨਾਲ ਠੱਗੀ ਠੋਰੀ ਮਾਰੀ ਹੈ, ਜਿਸ ਮੌਜੂਦਾ ਕੇਸ 'ਚ ਇੱਦਾਂ 15 ਲੱਖ ਦੀ ਠੱਗੀ ਮਾਰ ਲਈ ਇਹਨਾਂ ਨੇ, ਅਤੇ ਆਪਾਂ ਇਹ 'ਤੇ ਕਾਫੀ ਸਖ਼ਤ ਐਕਸ਼ਨ ਕਰਾਂਗੇ।